ਪੰਜਾਬ ਵਿੱਚੋਂ ਨਸ਼ਾ ਤੇ ਨਸ਼ਿਆਂ ਦੀ ਤਸਕਰੀ ਦੇ ਖਾਤਮੇ ਲਈ ਵਿੱਢੀ ਮੁਹਿੰਮ ਤਹਿਤ ਸੀਨੀਅਰ ਪੁਲਿਸ ਕਪਤਾਨ ਸੰਗਰੂਰ ਡਾਕਟਰ ਸੰਦੀਪ ਗਰਗ ਦੀ ਯੋਗ ਅਗਵਾਈ ਮਲੇਰਕੋਟਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਮੁੱਖ ਅਫਸਰ ਸਿਟੀ ਥਾਣਾ ਦੋ ਮਲੇਰਕੋਟਲਾ ਦੇ ਇੰਸਪੈਕਟਰ ਦੀਪਿੰਦਰਪਾਲ ਸਿੰਘ ਵੱਲੋਂ 80 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਕੈਂਟਰ ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। DSP ਮਲੇਰਕੋਟਲਾ ਸੁਮਿਤ ਸੂਦ ਨੇ ਦੱਸਿਆ ਕਿ ਮੁੱਖ ਅਫਸਰ ਸਿਟੀ ਥਾਣਾ ਦੋ ਮਲੇਰਕੋਟਲਾ ਦੇ ਇੰਸਪੈਕਟਰ ਦੀਪਿੰਦਰਪਾਲ ਸਿੰਘ ਨੇ ਮੁੱਖ ਖਬਰੀ ਖਾਸ ਦੀ ਇਤਲਾਹ ਤੇ ਮੁਹੰਮਦ ਦਾਨਿਸ਼ ਵਾਸੀ ਨਹਿਰੂ ਮਾਰਕੀਟ ਵਾਲੀ ਗਲੀ ਇਸਲਾਮਗੰਜ ਮਲੇਰਕੋਟਲਾ ਤੇ ਮੁਹੰਮਦ ਕਾਸਿਫ ਅਬਦੁਲ ਮਜ਼ੀਦ ਵਾਸੀ ਕੱਚਾ ਕੋਟ ਮਲੇਰਕੋਟਲਾ ਜੋ ਕੈਂਟਰ ਗੱਡੀ 'ਚ ਭੁੱਕੀ ਚੂਰਾ ਪੋਸਟ ਰੱਖ ਕੇ ਨੇੜੇ ਇੰਡੀਅਨ ਫਰਨੀਚਰ ਹਾਊਸ ਰਾਏਕੋਟ ਰੋਡ ਮਲੇਰਕੋਟਲਾ ਵੇਚਣ ਜਾ ਰਹੇ ਨੇ। ਇਤਲਾਹ ਮਿਲਣ ਤੇ ਮੁੱਖ ਅਫਸਰ ਸਿਟੀ ਥਾਣਾ ਦੋ ਮਲੇਰਕੋਟਲਾ ਦੇ ਇੰਸਪੈਕਟਰ ਦੀਪਿੰਦਰਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਰੇਡ ਕੀਤੀ ਤਾਂ ਦੋ ਵਿਅਕਤੀ ਟਰੱਕ ਵਿੱਚ ਥੈਲੇ ਕੋਲ ਬੈਠੇ ਦਿਖਾਈ ਦਿੱਤੇ ਜੋ ਪੁਲਿਸ ਨੂੰ ਵੇਖ ਕੇ ਭੱਜਣ ਲੱਗੇ ਤਾਂ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਤੇ ਮੁੱਖ ਅਫਸਰ ਵੱਲੋਂ ਉਹਨਾਂ ਨੂੰ ਇਤਲਾਹ ਕੀਤੀ ਕਿ ਉਕਤ ਨਸ਼ਾ ਤਸਕਰਾਂ ਪਾਸੋਂ 80 ਕਿਲੋ ਚੂਰਾ ਪੋਸਤ ਸਮੇਤ ਕੰਪਿਊਟਰ ਕੰਡਾ ਖਾਲੀ ਲਿਫਾਫੇ ਅਤੇ ਬੰਬੂ ਲੋਹਾ ਬਰਾਮਦ ਕਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਆਜ਼ਾਦ TV ਨਿਊਜ਼ ਦੇ ਲਈ ਮਲੇਰਕੋਟਲਾ ਤੋਂ ਮੁਹੰਮਦ ਕਾਜ਼ਮ ਦੇ ਨਾਲ ਸ਼ਾਹਿਦ ਜ਼ੁਬੈਰੀ ਦੀ ਰਿਪੋਰਟ। ਕੀ ਭੁੱਕੀ ਫੜੀ ਗਈ ਜੀ? ਸਰ ਇਹ ਕੁੱਲ 80 ਕਿਲੋ ਭੁੱਕੀ ਹੈ ਜੀ। ਇਹ ਦੋ ਭਰਾ ਨੇ, ਸਕੇ ਮੁਹੰਮਦ ਕਾਸਿਫ ਅਤੇ ਮੁਹੰਮਦ ਦਾਨਿਸ਼। ਇਹ ਮਾਸੀਆਂ ਦੇ ਮੁੰਡੇ ਆ। ਇਹ ਆਪਣੇ ਟਰੱਕਾਂ ਦਾ ਇਹਨਾਂ ਦਾ ਕਾਰੋਬਾਰ ਹੈਗਾ ਅਤੇ ਉਹਦੀ ਆੜ ਦੇ ਵਿੱਚ ਇਹ ਭੁੱਕੀ ਵੇਚਣ ਦਾ ਧੰਦਾ ਕਰਦੇ। ਅੱਛਾ, ਇਹ ਕਿੰਨੀ ਕੁ ਦੇਰ ਤੋਂ ਮਤਲਬ ਮੰਨੇ ਕਰ ਰਹੇ ਕੰਮ? ਇਹ ਕਾਫੀ ਪੁਰਾਣੇ ਕਰਦੇ ਆ ਜੀ। ਅਤੇ ਪੁਲਿਸ ਦੇ ਡਿੱਕੇ ਨਹੀਂ ਆਏ ਸੀਗੇ, ਵਨ ਵੇ ਔਰ ਦੀ ਅਦਰ ਸ਼ਤਾਨੀਆਂ ਕਰਕੇ ਬਚ ਜਾਂਦੇ ਸੀ, ਪਰ ਐਟ ਦੀ ਐਂਡ ਆਫ ਦੀ ਡੇ ਕਾਨੂੰਨ ਦੀ ਜਿੱਤ ਹੋਈ ਹੈ ਅਤੇ ਕਾਬੂ ਆਇਆ। ਤਗੜਾ ਨੈਕਸਸ ਤੁਹਾਨੂੰ ਲੱਗਦਾ ਵੀ ਹੈ? ਇਹ ਬੜੇ ਜਿਹੜੇ ਹੈਗੇ ਜੀ ਸਖ਼ਤ ਨੇ ਜੀ। ਅਸੀਂ ਇਹਨਾਂ ਦਾ 3 ਦਿਨ ਦਾ ਪੁਲਿਸ ਰਿਮਾਂਡ ਲਿਆ ਅਤੇ ਅਸੀਂ ਬੜੀ ਗਹਿਰਾਈ ਨਾਲ ਪੁੱਛਗਿੱਛ ਕਰਾਂਗੇ ਕਿੱਥੋਂ ਆਉਂਦੀ ਸੀ, ਕਿਵੇਂ ਸਪਲਾਈ ਕਰਦੇ ਸੀ, ਕੀ ਇਹਨਾਂ ਦੀ ਚੇਨ ਹੈ। ਅਸੀਂ ਇਹਨਾਂ ਨੂੰ ਸਾਰਾ ਦੇਖ ਕੇ ਵੈਰੀਫਾਈ ਕਰਕੇ ਹੁਣ ਦੀ ਕਾਰਵਾਈ ਦੇ ਵਿੱਚ ਕਰਾਂਗੇ। ਇੱਕ ਸਰ ਗੱਲ ਇਹ ਵੀ ਜਿਵੇਂ ਪਬਲਿਕ ਨੂੰ ਤੁਹਾਡਾ ਕੀ ਮੈਸੇਜ ਹੈ, ਜਿਹੜੇ ਇਸ ਤਰ੍ਹਾਂ ਦੇ ਬੰਦੇ ਕੰਮ ਕਰਦੇ ਉਹਨਾਂ ਨੂੰ ਕੀ ਮੈਸੇਜ ਹੈ? ਪਬਲਿਕ ਵਾਸਤੇ ਮੈਸੇਜ ਹੈ ਜੀ, ਜਿਹੜਾ ਕਾਮਯਾਬੀ ਹੈ ਉਹ ਏਕੇ 'ਚ ਹੈ। ਪੁਲਿਸ ਦਾ ਪਬਲਿਕ ਸਾਥ ਦੇਵੇ ਅਤੇ ਪੁਲਿਸ ਹਰ ਵਕਤ ਹੀ ਪਬਲਿਕ ਦੇ ਨਾਲ ਖੜੀ ਹੈ। ਪ੍ਰਿੰਟ ਮੀਡੀਆ, ਪ੍ਰੈਸ ਹੈ, ਇਹ ਜਿਹੜਾ ਸਾਡੇ ਲੋਕਤੰਤਰ ਦਾ ਥੰਮ ਹੈ, ਇਹਨਾਂ ਦੀ ਸਹਾਇਤਾ ਦੇ ਨਾਲ ਅਸੀਂ ਇਸ ਬੁਰਾਈ ਨੂੰ ਬਿਲਕੁਲ 100% ਇਸ ਸਮਾਜ 'ਚੋਂ ਪੱਟ ਦੇਵਾਂਗੇ।